आज आज अं घरों कपड़े पा के संस्कार कर देना, सारा कुछ कर देना। जो अं सवेरे सारा परिवार आए हैं सारे घर के, तो वो बुढ़िया ने देखा वा, तो वो गले से निशान मिले आ, लक से भी निशान मिले आ, वो मतलब कतल किया गया वा। एक वो कोई अटैक ना मौत नहीं हुई जा कुछ नहीं, वो सारे परिवार ने मिल के मारिया वा। की कारण की वीर जी कतल? कारण यही हो सकता जी, बुलट मोटरसाइकिल एनफील्ड दिता वा, पैली पुली वेच के की भी किसी तो होर घर भर लाँगे, जिदा 20-25 लाख रुपया लवा लिया, 20-25 होर तो लवा लाँगे, साडा घर भरूगा। ਕੀ ਨਾਮ ਵੀਰ ਜੀ? ਕੁਲਦੀਪ ਸਿੰਘ। ਕਿਹੜੇ ਪਿੰਡ ਦੇ ਰਹਿਣ ਵਾਲੇ ਹੋ? ਮਾਲਾ ਜੀ। ਕੀ ਗੱਲ ਹੋਈ ਵੀਰ ਜੀ ਲੜਕੀ ਨਾਲ? ਇਹ ਸਾਡੇ ਚਾਚੇ ਦੀ ਪੋਤਰੀ ਵਿਆਹੀ ਸੀ ਜੀ ਇੱਥੇ ਕੱਚੇ ਪੱਕੇ ਮਾਲੇ ਤੋਂ, ਅੱਜ ਤੋਂ 2 ਮਹੀਨੇ ਪਹਿਲਾਂ, ਅਤੇ ਕੱਲ੍ਹ ਉਹਦੀ ਕਿਤੇ ਮਤਲਬ ਮੌਤ ਕਰਤੀ ਹੈ ਇਹਨਾਂ ਨੇ, ਅਤੇ ਸਾਨੂੰ ਦੱਸਿਆ ਵਾ ਅਟੈਕ। ਰਾਤ ਬੁੜੀਆਂ ਆਈਆਂ ਵਾ, ਸਾਡਾ ਸਾਰਾ ਪਰਿਵਾਰ ਆਇਆ ਵਾ, ਅਤੇ ਇਹਨਾਂ ਗਲ ਤੋਂ ਲੀੜਾ ਨਹੀਂ ਲਾ ਕੇ ਦੇਖਣ ਦਿੱਤਾ, ਅਤੇ ਆ ਜਾਓ ਅਸੀਂ ਘਰੋਂ ਹੀ ਕੱਪੜੇ ਪਾ ਕੇ ਸੰਸਕਾਰ ਕਰ ਦੇਣਾ, ਸਾਰਾ ਕੁਛ ਕਰ ਦੇਣਾ। ਜਦੋਂ ਅਸੀਂ ਸਵੇਰੇ ਸਾਰਾ ਪਰਿਵਾਰ ਆਏ ਹਾਂ ਸਾਰੇ ਘਰਾਂ ਦੇ, ਅਤੇ ਉਹ ਬੁੜੀਆਂ ਨੇ ਦੇਖਿਆ ਵਾ, ਅਤੇ ਉਹਦੇ ਗਲੇ 'ਤੇ ਨਿਸ਼ਾਨ ਮਿਲੇ ਆ, ਲੱਕ 'ਤੇ ਵੀ ਨਿਸ਼ਾਨ ਮਿਲੇ ਆ, ਉਹ ਮਤਲਬ ਕਤਲ ਕੀਤਾ ਗਿਆ ਵਾ। ਇੱਕ ਉਹ ਕੋਈ ਅਟੈਕ ਨਾਲ ਮੌਤ ਨਹੀਂ ਹੋਈ ਜਾਂ ਕੁਛ ਨਹੀਂ, ਉਹ ਸਾਰੇ ਪਰਿਵਾਰ ਨੇ ਮਿਲ ਕੇ ਮਾਰਿਆ ਵਾ। ਕੀ ਕਾਰਨ ਕੀ ਵੀਰ ਜੀ ਕਤਲ ਦਾ? ਕਾਰਨ ਇਹ ਹੋ ਸਕਦਾ ਜੀ, ਬੁਲਟ ਮੋਟਰਸਾਈਕਲ ਐਨਫੀਲਡ ਦਿੱਤਾ ਵਾ, ਪੈਲੀ ਪੁਲੀ ਵੇਚ ਕੇ ਕੀਤੀ ਵੀ ਕਿਸੇ ਤੋਂ ਹੋਰ ਘਰ ਭਰ ਲਾਂਗੇ, ਜਿੱਦਾਂ 20-25 ਲੱਖ ਰੁਪਇਆ ਲਵਾ ਲਿਆ, 20-25 ਹੋਰ ਤੋਂ ਲਵਾ ਲਾਂਗੇ, ਸਾਡਾ ਘਰ ਭਰੂਗਾ। ਕੀ ਮੰਗ ਕਰਦੇ ਹੋ? ਅੱਜ ਦਾ ਹੀ ਆ ਮੰਗ, ਤਾਂ ਇਹ ਕਰਦੇ ਸਾਨੂੰ ਗਰੀਬ ਆਦਮੀ ਇਨਸਾਫ ਮਿਲੇ, ਧੀਆਂ ਵਾਲੇ ਆ, ਸਾਨੂੰ ਸਰਕਾਰ ਇਨਸਾਫ ਦੇਵੇ। ਇਸ ਗੱਲ ਦਾ ਪੁਲਿਸ ਨੂੰ ਦਿਖਾ ਦਿੱਤੀ? ਕਿਉਂ ਪੁਲਿਸ ਨੂੰ ਲੱਗੇ ਆ ਜੀ ਦੇਣ, ਦਿੰਦੇ ਦਰਖਾਸਤ, ਕਾਰਵਾਈ ਹੋਈ, ਪੋਸਟਮਾਰਟਮ ਵੀ ਕਰਾਵਾਂਗੇ। ਅਜੇ ਨਹੀਂ ਕੋਈ ਨਹੀਂ, ਸਾਰਾ ਕੁਛ ਕਰਾਵਾਂਗੇ ਜੀ, ਸਰਕਾਰ ਬਸ ਇਨਸਾਫ ਦੇਵੇ ਸਾਨੂੰ। ਕੀ ਨਾਮ ਭੈਣ ਜੀ ਤੁਹਾਡਾ? ਚਰਨਜੀਤ ਕੌਰ। ਕਿਹੜਾ ਪਿੰਡ ਤੁਹਾਡਾ? ਮਾਲਾ। ਭੈਣ ਜੀ ਕੀ ਗੱਲ ਹੋਈ ਜਿਹੜੀ ਬੇਟੀ ਨਾਲ ਤੁਹਾਡੀ ਨਾਲ? ਬੇਟੀ ਸਾਡੀ ਨੂੰ 2.5 ਮਹੀਨੇ ਹੋ ਗਏ ਉਹਦੀ ਮੈਰਿਜ ਹੋਈ ਨੂੰ, ਅਤੇ ਪਹਿਲਾਂ ਠੀਕ ਸੀ ਸਾਨੂੰ, ਵੈਸੇ ਉਹਨੇ ਕਦੀ ਕੁਛ ਨਹੀਂ ਦੱਸਿਆ। ਕੱਲ੍ਹ 4 ਵਜੇ ਦਾ ਉਹਦੇ ਹਸਬੈਂਡ ਕੋਲ ਉਹਦਾ ਫੋਨ ਸੀ, ਉਹ ਫੋਨ ਦਾ ਵਸਾ ਨਹੀਂ ਸੀ ਖਾਂਦੀ, ਅਤੇ ਜਦੋਂ ਅਸੀਂ ਫੋਨ ਲਾਈਏ ਉਹਦੇ ਕੋਲ ਫੋਨ ਹੁੰਦਾ ਸੀ, ਕੱਲ੍ਹ 4 ਵਜੇ ਤੋਂ ਬਾਅਦ 'ਚ ਉਹਨੂੰ ਫੋਨ ਨਹੀਂ ਦਿੱਤਾ, ਅਤੇ ਸਾਨੂੰ 5:30 ਵਜੇ ਤੋਂ ਬਾਅਦ 'ਚ ਫੋਨ ਆਇਆ ਕਿ ਸ਼ਰਨਪ੍ਰੀਤ ਠੀਕ ਨਹੀਂ ਗੀ, ਅਤੇ ਉਦੋਂ ਬਾਅਦ 7:30 ਵਜੇ ਫੋਨ ਆਇਆ ਕਿ ਸ਼ਰਨਪ੍ਰੀਤ ਨੂੰ ਅਟੈਕ ਹੋ ਗਿਆ ਵਾ। ਅਸੀਂ 8 ਵਜੇ ਜਦੋਂ ਸਾਨੂੰ ਪਤਾ ਲੱਗਾ, 8 ਵਜੇ ਅਸੀਂ ਘਰੋਂ ਗਏ ਹਾਂ, ਜਦੋਂ ਅਸੀਂ ਘਰ ਗਏ ਹਾਂ ਤਾਂ ਉਹਦੇ ਹਸਬੈਂਡ ਜਿਹੜੇ ਉਹਦੀ ਸੱਸ ਸੀ ਉਹ ਬੈਠੇ ਸੀ, ਤਾਂ ਉਹਨੂੰ ਜਿੱਦਾਂ ਮਾਰਿਆ ਗਿਆ ਸੀਗਾ, ਉਹਦੇ ਗਲ 'ਤੇ ਨਿਸ਼ਾਨ ਪਏ ਸੀ, ਰਾਤ ਨਹੀਂ ਅਸੀਂ ਦੇਖੇ, ਉਹਦੀ ਧੋਣ ਦੇ ਉੱਪਰ ਕੱਪੜਾ ਦਿੱਤਾ ਸੀ ਅਸੀਂ, ਕਿ ਠੰਡ ਦਾ ਕਰਕੇ ਦਿੱਤਾ ਸੀ, ਪਰ ਅਸੀਂ ਕੁਛ ਨਹੀਂ, ਸਾਡੇ ਦਿਲ 'ਚ ਨਹੀਂ ਸੀ ਕਿ ਸਾਡੀ ਕੁੜੀ ਨੂੰ ਮਾਰਿਆ ਗਿਆ ਵਾ। ਜਦੋਂ ਫਿਰ ਅਸੀਂ ਸਵੇਰੇ ਆਏ ਹਾਂ, ਜਦੋਂ ਅਸੀਂ ਉਹਨੂੰ ਦੇਖਣ ਲੱਗੇ ਕਿ ਉਹਦਾ ਸਰੀਰ ਦੇਖਦੇ ਹਾਂ, ਸਾਡੀ ਕੁੜੀ ਨੂੰ ਕੁੱਟ ਕੁੱਟ ਕੇ ਉਹਦੇ ਲਾਸ਼ਾਂ ਪਾਈਆਂ ਗਈਆਂ, ਅਤੇ ਫਿਰ ਉਹਦੇ ਧੌਣ ਦੇ ਉੱਤੇ ਪਤਾ ਨਹੀਂ ਬਿਜਲੀ ਦੇ ਕਰੰਟ ਲੱਗੇ ਕਿ ਪ੍ਰੈਸ ਲੱਗੀ, ਉਹਦਾ ਜ਼ਖਮ ਹੋਏ ਬਹੁਤ ਜ਼ਿਆਦਾ, ਕਿ ਸਾਨੂੰ ਪਤਾ ਸਾਡੀ ਕੁੜੀ ਨੂੰ ਮਾਰਿਆ ਗਿਆ ਵਾ, ਉਹਨੂੰ ਕੋਈ ਅਟੈਕ ਨਹੀਂ ਹੋਇਆ, ਸਾਡੀ ਕੁੜੀ ਨੂੰ ਇਨਸਾਫ ਦਿਵਾਇਆ ਜਾਵੇ, ਅਸੀਂ ਇਹੀ ਮੰਗ ਕਰਦੇ। ਕਿਹੜੇ ਪਿੰਡ ਵਿਆਹੀ ਸੀ ਕੁੜੀ? ਇਹ ਕੱਚਾ ਪੱਕਾ ਕੋਠੇ ਇੱਥੇ ਪੱਟੀ ਦੇ ਲਾਗੇ। ਕੀ ਮੰਗ ਕਰਦੇ ਹੁਣ? ਅਸੀਂ ਮੰਗ ਕਰਦੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ, ਸਾਡੀ ਕੁੜੀ ਨਾਲ ਇਹਨਾਂ ਨੇ ਜੋ ਕੀਤਾ ਵਾ, ਅਸੀਂ ਉਹਦੇ ਵਾਸਤੇ ਇਨਸਾਫ ਮੰਗਦੇ ਹਾਂ। ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੈ ਕੋਈ? ਹਾਂਜੀ। ਕੋਈ ਕਾਰਵਾਈ ਕੀਤੀ ਜਾ ਰਹੀ ਪੁਲਿਸ ਨੂੰ? ਨਹੀਂ, ਹਜੇ ਕੋਈ ਨਹੀਂ ਕੀਤੀ ਜਾ ਰਹੀ। ਤੇ ਕੁੱਟਮਾਰ ਪਹਿਲਾਂ ਵੀ ਕਦੀ ਹੋਈ ਸੀ? ਨਹੀਂ, ਪਹਿਲਾਂ ਸਾਨੂੰ ਬੇਟੀ ਨੇ ਦੱਸਿਆ ਨਹੀਂ, ਹੋਈ ਵੀ ਹੋਊਗੀ ਪਰ ਉਹ ਦੱਸਦੀ ਨਹੀਂ ਸੀਗੀ। ਜਦੋਂ ਅਸੀਂ ਪੁੱਛਦੇ ਸੀਗੇ, 2 ਮਹੀਨੇ ਹਜੇ ਵਿਆਹ ਨੂੰ ਹੋਏ ਸੀਗੇ, ਸ਼ਾਇਦ ਉਹ ਜਿੱਦਾਂ ਫੈਮਿਲੀ 'ਚ ਰਹਿੰਦੀ ਸੀ ਉਹ ਆਉਣ ਨੂੰ ਕਹਿੰਦੀ ਉਹ, ਪਤਾ ਨਹੀਂ ਕੀ ਸਾਨੂੰ ਵੀ ਉਹਨਾਂ ਨੇ ਕੀ ਕੀਤਾ ਸਾਡੀ ਬੇਟੀ ਨਾਲ ਕਿ ਉਹਨਾਂ ਨੇ ਉਹਨਾਂ ਇੱਦਾਂ ਕੀਤਾ, ਕਤਲ ਕਰਤਾ, ਮਾਰ ਦਿੱਤੀ ਸਾਡੀ ਬੇਟੀ। ਦਾਜ ਦੂਜ ਮੰਗਦੇ ਸੀ? ਦਾਜ ਵੀ ਕਹਿੰਦੇ ਕਿ ਦਾਜ ਇਹਨਾਂ ਨੇ, ਲੋਕਾਂ ਨੇ ਇਹਨਾਂ ਨੂੰ ਦਾਜ ਦਿੱਤਾ ਵਾ, ਤੁਸੀਂ ਪਤਾ ਕਰ ਲਓ ਵੀ ਦਾਜ ਕਿੰਨਾ ਨੇ ਦਿੱਤਾ। ਦਾਜ ਮੰਗਦੇ ਸੀਗੇ ਪਰ ਉਹਨਾਂ ਸਾਨੂੰ ਮੂੰਹੋਂ ਨਹੀਂ ਕਿਹਾ, 10 ਕਨਾਲਾ ਪੈਲੀ ਵੇਚ ਕੇ ਅਸੀਂ ਵਿਆਹ ਕੀਤਾ ਬੇਟੀ ਦਾ, ਅਤੇ ਕਹਿੰਦੇ ਕਿ ਇਹਨਾਂ ਨੇ ਮੰਗ ਕੇ ਲੋਕਾਂ ਕੋਲ ਵਿਆਹ ਕੀਤਾ ਵਾ, ਜਿੱਥੋਂ ਜਿੱਥੋਂ ਅਸੀਂ ਸਮਾਨ ਲਿਆ ਜੋ ਜੋ ਅਸੀਂ ਕੀਤਾ, ਮੈਂ ਉਹਦਾ ਤੁਹਾਨੂੰ ਐਡਰੈਸ ਦਊਂਗੀ, ਜ਼ਮੀਨ ਵੇਚੀ ਅਸੀਂ ਤਾਂ ਉਹ ਜ਼ਮੀਨ ਜਿਹੜੇ ਬੰਦੇ ਨੇ ਲਈ ਸਾਰਾ ਕੁਛ ਤੁਹਾਨੂੰ ਕਲੀਅਰ ਕਰਕੇ ਦੇਵਾਂਗੇ ਅਸੀਂ। ਲੜਕੀ ਦਾ ਵਿਆਹ ਕਿੰਨਾ ਚਿਰ ਪਹਿਲਾਂ ਹੋਇਆ ਜੀ? ਅੱਜ ਤੋਂ 2.5 ਮਹੀਨੇ ਪਹਿਲੇ, 11ਵੇਂ ਮਹੀਨੇ ਦੀ 20 ਤਰੀਕ ਨੂੰ ਹੋਇਆ ਸੀ। ਤੇ ਲੜਕੇ ਦਾ ਨਾਮ ਕੀ ਹੈ ਜੀ? ਦਵਿੰਦਰ ਸਿੰਘ। ਉਹਦੇ ਬਾਪ ਦਾ ਨਾਮ? ਕੁਲਦੀਪ ਸਿੰਘ। ਉਹਦੇ ਨਾਲ ਹੋਰ ਕੌਣ ਕੌਣ ਹੈ ਗਈ ਘਰ ਦੇ ਵਿੱਚ? ਉਹਦੀ ਸੱਸ ਸੁਰਿੰਦਰ ਕੌਰ ਸੀਗੀ। ਅੱਛਾ ਜੀ। ਉਹਦੀ ਵੱਡੀ ਜਠਾਣੀ ਨਾਲ ਕੀ ਇਨਸਾਫ ਮਤਲਬ ਮੰਗ ਕਰਦੇ ਨੇ ਪ੍ਰਸ਼ਾਸਨ ਤੋਂ? ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਕਿ ਸਾਨੂੰ ਇਨਸਾਫ ਦਿਵਾਇਆ ਜਾਵੇ, ਸਾਡੀ ਕੁੜੀ ਦਾ ਇਹਨਾਂ ਨੇ ਕਤਲ ਕੀਤਾ, ਇਹਨੂੰ ਸਜ਼ਾ ਮਿਲੇ, ਕਿ ਸਾਨੂੰ ਦੁਨੀਆ 'ਚ ਵੀ ਪਤਾ ਲੱਗੇ ਵੀ ਕਿਸੇ ਦੀ ਧੀ ਭੈਣ ਨਾਲ ਇੱਦਾਂ ਕਰਨ ਨਾਲ ਕੀ ਇਨਸਾਫ ਮਿਲਦਾ।
लड़की का कतल होया कहिंदे कि उहदा परिवार वल्लों इह कहा गया कि सहुरे परिवार वल्लों उहदे ने उहनूं गल घुट के मार दित्ता सर उहदे बारे की कहना चाहुंदे तुसीं देखो सानूं इतलाह मिली सी कि लड़की है शरणप्रीत कौर कच्चे पक्के गई आ उहदी शक्की हालातां विच डैथ होई आ ते असीं मौके ते जाके लाश कब्जे च लैके पोस्टमार्टम लई सिविल होस्पिटल पट्टी जमा करवा दिती है बाकी मुताबक बयान जो भी मदई बयान लिखाउणगे उस मुताबक आपां बनदी कार्रवाई कर देंगे सर कहते हैं गल दे विच जिहड़ा वा ओ परमात्मा दे घर देर है पर हनेर नहीं अजिही कोई परेशानी नहीं जिसका कोई हल ना होवे ज्योति सम्राट पंडित तुलसीदास जी मन चाहे प्यार लई माता पिता नूं मनाउणा प्रेमी प्रेमिका पति पत्नी च झगड़ा सोधन दुश्मन तों छुटकारा तलाक केस जमीनी झगड़ा इमीग्रेशन मसले कर्जा मुक्ति गुप्त वशीकरण कराओ मन चाहा प्रेमी प्रेमिका पाओ प्यार च धोखा खा चुके प्रेमी प्रेमिका एक बार जरूर संपर्क करो मैं तुहाडा प्यार टुटन नहीं देवांगा संपर्क करो 98147 56620।